ठीक हो आज सुनते हैं ना जी ना साइको स्टाइल वी टुगेदर प्रोज दी वीडियो है। गाना बम्पी होगा इस गल की गरंटी है क्योंकि ये ओही ट्रियो है जो बैंगर ट्रैक्स बनाउंदा ही बनाउंदा। मैनू अज तक खान पैणी वाले का कोई भी गाया या लिखिया गाना ऐदा फील नहीं होया कि ये खान पैणी वाले नूं नहीं करना चाहिए सी। हर गाना परफेक्ट है, हर गाने की अपनी फील है, हर गाने का अपना फ्लो है। आजो सुनते हैं ना जी ना वाइट हॉल म्यूजिक। चाइना डेली चाइना शूट होएगा ना करेंगी जट मिनट करूंगा दस इना बिलो कूड़ा तेरा यार कित्थे आ। यार बीट कितनी सोहनी बनाई है साइको स्टाइल, शाउट आउट है यार ब्रो, बहुत सोहना म्यूजिक करता सच्ची। क्या कंपोजिशन है यार, हर गाने दे डिफरेंट कंपोजिशन। खान पैणी वाला एक्चुअली जो मैनू कदी कदी फील होंदा है कि अंडररेटेड, इस टाइम ते इन टॉप 5 सिंगर्स विच गिनया जाना चाहिए मेरे सामने इस टाइम पंजाबी इंडस्ट्री दे, जो कुछ नवा कर रहे ने, कुछ वधिया लिख रहे ने। ठीक है, उन्हें कितना सोहना लिख रहा है कि लिखा उन्हें कि बेबी बेबी सारा दिन कह रही थी कर दी मैनू बेबी पिछे लगती बर्बादी ना करो, है ना कि मतलब मैं बर्बाद हो जाना तेरे बेबी बेबी चक्कर च, मैनू प्यार हो जाऊगा, इदां दी गल्ल है। यार इवन के म्यूजिक दे विच ही उन्होंने ओदी की कहंदे आ एंबियंस पाई हुई है समुंदर दी, क्या बात है। तेरी अख तीर काने नी मार किथे आ साडे कोलों किथे आए हाय चौकी हुसना दी पाए होड़िया साडे कोलों किथे चौकी हुसना दी हल्लोड़ो बात ने स्वीट गल्ला चोर होनिया नी अज होर तेरे काने कल होर होनिया कम अंडर ग्राउंड मत हुंदी किथे बाउंड कदों बड़े लेख बलिए जिमें बाटर फौज रही डेंजर चाउ जिमें बाटर
ਫੌਜ ਰਹਿੰਦੀ ਡੇਂਜਰ ਚ ਡੌਜ ਹੋਣੀ ਤੇਰੇ ਪਿੱਛੇ ਆਉਣ ਲਈ ਤਿਆਰ ਕਿੱਥੇ ਆ ਸਾਡੀ ਨੱਡੀਆਂ ਕਮਾਉਣ ਵਾਲੀ ਕਾਰ ਸਾਡੀ ਨੱਡੀਆਂ ਕਮਾਉਣ ਵਾਲੀ ਕਾਰ ਕਿੱਥੇ ਆ ਸਾਡੀ ਨੱਡੀਆਂ ਕਮਾਉਣ ਵਾਲੀ ਕਾਰ ਨਵੇਂ ਕਰੇਂਗੀ ਜੱਟ ਮਿਣਤਾ ਕਰੂਗਾ ਦੱਸ ਇਹਨਾਂ ਬਿਲੋ ਕੂੜਾ ਤੇਰਾ ਯਾਰ ਕਿੱਥੇ ਆ ਪੈਣੀਆਂ ਇਹ ਖਾਂਦਾ ਜੋ ਕਰ ਲੈ ਸ਼ਿਕਾਰ ਤੇਰੀ ਅੱਖ ਦੀ ਰਕਾ ਨੇ ਇੰਨੀ ਮੂੰਹ ਸਾਈਕੋ ਸਟਾਈਲ ਡੀਓਪੀ ਗਗਨ ਰੰਧਾਵਾ ਵੀਡੀਓ ਐਡੀਟਿੰਗ ਐਂਡ ਕਲਰ ਕੀਤਾ ਜਗਜੀਤ ਮੇਰੇ ਨੇ ਕਿਆ ਬਾਤ ਹੈ ਤਾਂ ਹੀ ਮੈਂ ਸੋਚਿਆ ਰੰਗ ਇੰਨੇ ਸੋਹਣੇ ਕਿਉਂ ਕਿਉਂਕਿ ਦੋ ਕੀ ਮਤਲਬ ਮੈਨੂੰ ਜਿਹੜੇ ਵਧੀਆ ਲੱਗਦੇ ਨੇ ਜਿਹੜੇ ਐਕਚੁਅਲ 'ਚ ਬਹੁਤ ਸੋਹਣਾ ਕੰਮ ਕਰ ਰਹੇ ਨੇ ਜਗਜੀਤ ਵੀਰਾ ਦਿਲਪ੍ਰੀਤ ਵੀ ਐਫ ਐਕਸ ਵੀਰਾ ਅਤੇ ਮਿਸਟਰ ਐਡੀਟਰ ਆਹ ਤਿੰਨ ਕੁ ਬੰਦੇ ਮਤਲਬ ਮੈਨੂੰ ਇੱਦਾਂ ਹੈ ਕਿ ਹਾਂ ਇਹ ਵਧੀਆ ਇਹਨਾਂ ਦੀ ਐਡੀਟਿੰਗ ਹੋਊਗੀ ਤਾਂ ਵੀਡੀਓ ਘੈਂਟ ਹੀ ਹੋਊਗੀ ਕਿਉਂਕਿ ਮੈਨੂੰ ਇੰਨਾ ਸਮਝ ਆਉਂਦੀ ਹੈ ਕਿ ਇਹਨਾਂ ਇੱਕ ਠੀਕ ਠਾਕ ਵਾਲੀ ਫੁਟੇਜ ਨੂੰ ਵੀ ਘੈਂਟ ਫੁਟੇਜ ਬਣਾ ਦਿੰਦੇ ਆ ਇਹਨਾਂ ਦੀ ਐਡੀਟਿੰਗ ਦੇ ਨਾਲ ਇਹ ਨਾਈਸ ਬੰਦੇ ਆ ਘੈਂਟ ਕੰਮ ਕਰਦੇ ਆ ਹਨਾ ਓਵਰਆਲ ਟਰੈਕ ਖਾਣ ਪੈਣੀ ਵਾਲਾ ਵਾਈਬ ਖਾਣ ਪੈਣੀ ਵਾਲਾ ਫਲੋ ਡਿਫਰੈਂਟ ਫਲੋ ਡਿਫਰੈਂਟ ਵਾਈਬ ਠੀਕ ਆ ਨਹੀਂ ਤਾਂ ਆਮ ਗੱਲ ਹੈ ਯਾਰ ਗਾਣੇ ਆਲਮੋਸਟ ਸੇਮ ਜੇ ਫੀਲ ਹੁੰਦੇ ਰਹਿੰਦੇ ਨੇ ਖਾਣ ਪੈਣੀ ਵਾਲੇ ਦਾ ਕੀ ਕਿਸੇ ਵੀ ਗਾਣੇ ਦਾ ਮਿਊਜ਼ਿਕ ਨਹੀਂ ਹੈਨਾ ਮੈਚ ਹੁੰਦਾ ਕਿਸੇ ਨਾਲ ਲਿਰਿਕਸ ਮੈਚ ਨਹੀਂ ਹੁੰਦੇ ਫਲੋ ਮੈਚ ਨਹੀਂ ਹੁੰਦਾ ਜੋ ਕੰਪੋਜੀਸ਼ਨ ਖਾਣ ਪੈਣੀ ਵਾਲਾ ਬਣਾਉਂਦਾ ਉਹ ਮੈਚ ਨਹੀਂ ਹੁੰਦੀ ਅਤੇ ਹਰ ਇੱਕ ਗੱਲ ਹੈਗੀ ਹੈ ਖਾਣ ਪੈਣੀ ਵਾਲਾ ਜਿੱਦਾਂ ਸਟਾਰਟਿੰਗ 'ਚ ਆਪਣੇ ਬਿਲਕੁਲ ਉਹ ਨਾ 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 ਉਹ ਕਰਦਾ ਨਾ ਉਹ ਨਾ ਮਤਲਬ ਹਰ ਗਾਣੇ 'ਚ ਇੱਕ ਡਿਫਰੈਂਟ ਹੁੰਦੀ ਆ ਹਰ ਗਾਣੇ ਦੀ ਆਪਣੀ ਮੇਰੇ ਖਿਆਲ ਸੁਣ ਫੇਰ 'ਚ ਡਿਫਰੈਂਟ ਸੀ ਹੈ ਨਾ ਆਪਣਾ ਉਸ ਤੋਂ ਸੋ ਮਤਲਬ ਇੱਦਾਂ ਹੀ ਗੱਲ ਹੈ ਯਾਰ ਇਹ ਗੱਲ ਹੁੰਦੀ ਹੈ ਕਿ ਇਸ ਤੋਂ ਨਾ ਆਰਟ ਪਤਾ ਲੱਗਦਾ ਇੱਕ ਆਰਟਿਸਟ ਦਾ ਜਦੋਂ ਉਹ ਸੇਮ ਚੀਜ਼ਾਂ ਕਰ ਰਿਹਾ ਤਾਂ ਉਹ ਕੋਈ ਆਰਟ ਨਹੀਂ ਹੈਗਾ ਹੈ ਨਾ ਇੱਕ ਪੇਂਟਰ ਨੇ ਇੱਕ ਫੋਟੋ ਬਣਾ ਲਈ ਉਹ ਫਿਰ ਉਹੀ ਫੋਟੋ ਬਾਰ ਬਾਰ ਬਣਾਈ ਜਾ ਰਹੀ ਤਾਂ ਆਪਾਂ ਉਹਨੂੰ ਪੇਂਟਰ ਨਹੀਂ ਕਹਾਂਗੇ ਉਹ ਡਿਫਰੈਂਟ ਡਿਫਰੈਂਟ ਚੀਜ਼ਾਂ ਬਣਾ ਰਹੇ ਉਹ ਡਿਫਰੈਂਟ ਡਿਫਰੈਂਟ ਔਖੇ ਤੋਂ ਔਖੇ ਸੌਖੇ ਤੋਂ ਸੌਖੇ ਪੇਂਟਿੰਗ ਸਾਨੂੰ ਬਣਾਏ ਜਾ ਰਿਹਾ ਉਹਨੂੰ ਅਸੀਂ ਪੇਂਟਰ ਕਹਾਂਗੇ ਹੈ ਨਾ ਸੋ ਇੱਦਾਂ ਹੀ ਹੁੰਦਾ ਬੀ ਟੂਗੈਦਰ ਪ੍ਰੋਜ਼ ਵੀਡੀਓ ਮੈਂ ਮੰਨਦਾ ਇਸ ਗੱਲ ਨੂੰ ਕਿ ਜੇ ਕਿਸੇ ਮੈਂ ਇਹਦੀ ਵੀਡੀਓ 'ਚ ਵੀ ਦੋ ਕੀ ਬੰਦੇ ਆ ਜਿਹੜੇ ਮੈਨੂੰ ਐਕਚੁਅਲ 'ਚ ਇੱਦਾਂ ਲੱਗਦਾ ਕਿ ਜਿਹਨਾਂ ਨੂੰ ਖੁੱਲ੍ਹੇ ਤੋਂ ਖੁੱਲ੍ਹਾ ਬਜਟ ਦੇਣ 'ਚ ਹੀ ਫਾਇਦਾ ਹੈ ਠੀਕ ਆ ਮਤਲਬ ਆਪਣੀ ਮਨਮਰਜ਼ੀ ਕਰ ਸਕਣ ਉਹ ਹੈਗੇ ਆ ਬੀ ਟੂਗੈਦਰ ਪ੍ਰੋਜ਼ ਅਰਵਿੰਦਰ ਖਹਿਰਾ ਨੈਕਸਟ ਲੈਵਲ ਠੀਕ ਹੈ ਅਤੇ ਬਸ ਇਹੀ ਹਿਸਾਬ ਤਾਂ ਸੀਗਾ ਗਾਣੇ ਦਾ ਅਤੇ ਗਾਣਾ 5 million ਹੋਇਆ ਐਟ 4 ਨੰਬਰ 'ਤੇ ਟ੍ਰੈਂਡਿੰਗ ਚੱਲ ਰਿਹਾ ਗਾਣਾ ਇੱਕ ਦਿਨ ਹੋਇਆ ਗਾਣਾ 19 January ਨੂੰ ਆਇਆ ਸੀਗਾ ਅਤੇ ਬਾਕੀ ਦੈਟਸ ਆਲ ਮਿਲਦੇ ਸੀ ਤਿੰਨ ਵੀ ਰਿਐਕਸ਼ਨ ਆ ਸਤਿ ਸ਼੍ਰੀ ਅਕਾਲ